मिस्टर बिंग देखा उन्हें याद होगा सारा देखो बहुत सोहना व्यू है इतों जो आप वैसे एंट्री उधर दी सी आप गलत एंट्री लेके आए ना वही चो आवाज भी आती है ना ਇਹਦੇ ਵਿੱਚੋਂ ਵੀ ਨਾ ਸਾਊਂਡ ਦੀ ਸੋ ਹੇ ਗਾਇਸ ਵੈਲਕਮ ਟੂ ਮਿਸਟਰ ਮਿਸਿਸ ਨਰੂਰਾ ਯੂਟਿਊਬ ਚੈਨਲ ਸੋ ਗਾਇਸ ਅੱਜ ਅਸੀਂ ਨਾ ਜਾ ਰਹੇ ਹਾਂ ਬਾਹਰ ਬਹੁਤ ਦਿਨਾਂ ਬਾਅਦ ਘੁੰਮਣ ਫਿਰਨ ਲਾਈਕ ਉਦਾਂ ਕਿਹੜਾ ਗੂੜਾ ਕੱਢਣ ਮੈਂ ਤੇ ਸੈਮ ਅਤੇ ਇੱਥੇ ਜਿਵੇਂ ਸਾਰਿਆਂ ਨੂੰ ਪਤਾ ਕਿ ਮੋਂਟਰੀਅਲ 'ਚ ਬਹੁਤ ਜ਼ਿਆਦਾ ਗੋਰੇ ਨੇ ਫੋਰਨਰ ਬਹੁਤ ਜ਼ਿਆਦਾ ਨੇ ਸੋ ਉਹਦੇ ਕਰਕੇ ਇੱਥੇ ਕ੍ਰਿਸਮਸ ਬਹੁਤ ਸੋਹਣੇ ਤਰੀਕੇ ਨਾਲ ਮਨਾਉਂਦੇ ਆ ਅਤੇ ਡੈਕੋਰੇਸ਼ਨਸ ਵਗੈਰਾ ਅਤੇ ਬਹੁਤ ਸਾਰੀਆਂ ਸ਼ੋਪਸ ਜਿਵੇਂ ਸੈਂਟਾ ਕਲੋਜ਼ ਵਾਲੇ ਟਾਈਮ ਵਾਂਗੂ ਸਾਰਾ ਕੁਛ ਡੈਕੋਰੇਟ ਕੀਤਾ ਹੋਊਗਾ ਸੋ ਅਸੀਂ ਤੁਹਾਨੂੰ ਸਾਰਾ ਕੁਛ ਉਹ ਦਿਖਾਵਾਂਗੇ ਹੁਣ ਅਸੀਂ ਨਿਕਲਣ ਲੱਗੇ ਹਾਂ ਅਸੀਂ ਜੈਕਟਸ ਵਗੈਰਾ ਪਾ ਕੇ ਗਲਵਸ ਵਗੈਰਾ ਪਾ ਕੇ ਪੂਰੇ ਪੈਕ ਹੋ ਕੇ ਜਾਣਾ ਸਨੋ ਹੈਣੀਗੀ ਸੋ ਅਸੀਂ ਸਨੋ ਦੀ ਵੇਟ ਕਰਦੇ ਪਏ ਹਾਂ ਬਟ ਆਈ ਥਿੰਕ ਸੋ ਅਸੀਂ ਫਰਾਈਡੇ ਨੂੰ ਟੋਰਾਂਟੋ ਜਾਣਾ ਤੇ ਉਧਰ ਸ਼ਾਇਦ ਪੈ ਜਾਵੇ ਉੱਥੇ ਗੁੱਡੇ ਗੁੱਡੇ ਸਨੋ ਪਈ ਹੋਈ ਹੈ ਉਹ ਵੀ ਬਲੌਗ ਹੋਊਗਾ ਸੋ ਹੁਣ ਅਸੀਂ ਅੱਗੇ ਕੰਟੀਨਿਊ ਕਰਦੇ ਹਾਂ ਅਸੀਂ ਚੱਲਦੇ ਹਾਂ ਸੋ ਗਾਇਸ ਹੁਣ ਸਾਨੂੰ ਥੋੜੀ ਜਿਹੀ ਭੁੱਖ ਲੱਗੀ ਸੀਗੀ ਤੇ ਅਸੀਂ ਹੁਣ ਸਾਡਾ ਪਹਿਲਾਂ ਚਟਪਟਾ ਆਏ ਆ ਬਰਗਰ ਲੈਂਡ ਸਾਰਿਆਂ ਨੂੰ ਪਤਾ ਤੇ ਬਰਗਰ ਬਹੁਤ ਯਮੀ ਮਿਲਦੇ ਆ ਲਾਈਕ ਬਾਕੀਆਂ ਦਾ ਪਤਾ ਨਹੀਂ ਸਾਨੂੰ ਉਹ ਯਮੀ ਲੱਗਦੇ ਇੱਥੋਂ ਦੇ ਬਰਗਰ ਅਤੇ ਹੁਣ ਸੈਮ ਬਰਗਰ ਲੈਣ ਗਏ ਹੋਏ ਆ ਫਿਰ ਅਸੀਂ ਖਾ ਕੇ ਫਿਰ ਉਦੋਂ ਬਾਅਦ ਅਸੀਂ ਜਾਵਾਂਗੇ ਜਿਹੜੀ ਲੋਕੇਸ਼ਨ ਅਸੀਂ ਤੁਹਾਨੂੰ ਕਿਹਾ ਸੀ ਉੱਥੇ ਅਸੀਂ ਸ਼ੋਰ ਨਹੀਂ ਹੈਗੇ ਵੀ ਅੱਜ ਉੱਥੇ ਸਾਰਾ ਕੁਛ ਹੋਊਗਾ ਕਿ ਨਹੀਂ ਸਾਰੇ ਉੱਦਾਂ ਹੀ ਮਤਲਬ ਸਟੋਰਸ ਉੱਦਾਂ ਹੀ ਬਣੇ ਹੋਣਗੇ ਕਿ ਨਹੀਂ ਬਾਕੀ ਦੇਖੀ ਜਾਊ ਸਾਡੇ ਬਰਗਰ ਆ ਗਏ ਨਹੀਂ ਬਰਗਰ 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 ਖਾਣੇ ਵਾਲਾ ਬਰੋ ਲੱਸੀ ਲੈ ਕੇ ਆ ਜਾ ਕੀ ਬਰੋ ਲੱਸੀ ਲੈ ਕੇ ਆ ਜਾ ਇਹ ਕੀ ਹੈ ਉਹ ਲੱਸੀ ਕੇ ਕੀ ਬੋਲਿਆ ਨੇ ਉਹ ਸਾਰੀਆਂ ਸਟਰੀਟਸ ਆਲਮੋਸਟ ਇਦਾਂ ਸਜਾਈਆਂ ਹੁੰਦੀਆਂ ਨੇ ਮੈਂ ਥੋੜੀ ਜ਼ੂਮ ਕਰ ਕਰਕੇ ਦਿਖਾਉਂਗੀ ਜਿੱਥੇ ਜਿੱਥੇ ਡੈਕੋਰੇਸ਼ਨ ਆਊਗੀ ਨਾ ਉੱਥੇ ਉੱਥੇ ਦਿਖਾਉਂਗੀ ਓਕੇ ਇਹ ਨਾਲੇ ਥੋੜੀ ਆ ਅੱਗੇ ਜਾ ਕੇ ਤਾਂ ਬਹੁਤ ਅੱਗੇ ਜਾ ਕੇ ਤਾਂ ਸਾਰੀ ਡੈਕੋਰੇਟ ਕੀਤੀ ਹੋਈ ਆ ਸੋ ਉਹ ਵਾਲਾ ਜ਼ਿਆਦਾ ਵੀ ਜ਼ਿਆਦਾ ਸੋਹਣਾ ਵਾ ਸੋ ਇਹ ਵਲੌਗ ਦਾ ਨਾਮ ਆਪਾਂ ਰੱਖ ਮਿੰਨੀ ਵਲੌਗ ਓਕੇ ਯਾ ਬਿਕਾਜ਼ ਅਸੀਂ ਛੋਟਾ ਜੇ ਤਾਂ ਛੋਟਾ ਹੋਇਆ ਫਿਰ ਤਾਂ ਮਿੰਨੀ ਵਲੌਗ ਨਾ ਜੇ ਜੇ ਜ਼ਿਆਦਾ ਵੱਡਾ ਬਣ ਗਿਆ ਫਿਰ ਇਟਸ ਓਕੇ ਤੇ ਸਨੋ ਵੀ ਥੋੜੀ ਥੋੜੀ ਪੈਣੀ ਸ਼ੁਰੂ ਹੋ ਗਈ ਹੈ ਨਾ ਮੁਬਾਰਕਾਂ ਸਾਰਿਆਂ ਨੂੰ ਜਮਾ ਥੋੜੀ ਥੋੜੀ ਪੈਣੀ ਸ਼ੁਰੂ ਹੋਈ ਆ ਸੋ ਇਹ ਹੈਗਾ ਵਾ ਸੈਂਟਾ ਕਲੌਜ਼ ਦਾ ਸਿਟੀ ਹੈ ਸੈਂਟਾ ਕਲੌਜ਼ ਦੀ ਉਹਨੇ ਆਪ ਦੀ ਆਪ ਕ੍ਰੀਏਟ ਕੀਤੀ ਪਰ ਆਈ ਥਿੰਕ ਨਾ ਜਿੱਥੇ ਅਸੀਂ ਜਾਣ ਨੂੰ ਫਿਰਦੇ ਪਏ ਆ ਉਹ ਬੰਦ ਆ ਸਾਨੂੰ ਪੱਕਾ ਨਹੀਂ ਪਤਾ ਜਾ ਕੇ ਦੇਖਦੇ ਬਾਕੀ ਬੰਦ ਵੀ ਦਿਖਾ ਲਾਂਗੇ ਕੋਈ ਨਾ ਸੋ ਗਾਇਸ ਅਸੀਂ ਇੱਥੇ ਐਂਟਰ ਹੋ ਗਏ ਇੱਥੇ ਵੱਡਾ ਸਾਰਾ ਕ੍ਰਿਸਮਸ ਟ੍ਰੀ ਤੁਸੀਂ ਦੇਖੋ ਤੁਹਾਨੂੰ ਬਹੁਤ ਮਤਲਬ ਇੱਥੇ ਆ ਕੇ ਪੂਰੀ ਕ੍ਰਿਸਮਸ ਵਾਲੀ ਫੀਲ ਆਊਗੀ ਅਤੇ ਜਿਹੜੇ ਮੋਂਟਰੀਅਲ ਵਾਲੇ ਉਹਨਾਂ ਨੂੰ ਮੈਂ ਦੱਸ ਦਿੰਦੀ ਪਲਾਸ ਡਿਜ਼ਰਟ ਜਿਹੜਾ ਮੈਟਰੋ ਸਟੇਸ਼ਨ ਆ ਉਤਰ ਕੇ ਨਾਲ ਹੀ ਆਈ ਥਿੰਕ ਸਾਰਾ ਕੁਛ ਉੱਥੇ ਅਤੇ ਪਿੱਛੇ ਵੀ ਬੜੀ ਸੋਹਣੀ ਡੈਕੋਰੇਸ਼ਨ ਹੈ ਕਿਊਟ ਕਿਊਟ ਤੁਸੀਂ ਇੰਜੋਏ ਕਰੋ ਸਾਡੇ ਵਲੌਗ 'ਚ ਬਸ ਇਹ ਸੋਚੋ ਤੁਸੀਂ ਕੈਨੇਡਾ ਹੀ ਬੈਠੇ ਹੋ ਠੀਕ ਹੈ ਸੋ ਆ ਸਾਰਾ ਟ੍ਰੀ ਹੈਗਾ ਵਾ ਇਹ ਸਾਰੀ ਸਿਟੀ ਲਾਈਕ ਛੋਟੀ ਸਿਟੀ ਬਣਾਈ ਹੈ ਗਾਇਸ ਇਹਨਾਂ ਨੇ ਇੱਥੇ ਇਹਦਾ ਨਾਮ ਰੱਖਿਆ ਹੋਇਆ ਹੈ ਨੋਇਲ ਆ ਮੋਰੀਆ ਇੱਥੇ ਸਾਰਾ ਮੈਪ ਬਣਿਆ ਹੋਇਆ ਕਿ ਕਿੱਥੋਂ ਐਂਟਰ ਹੋਏ ਹੋ ਤੁਸੀਂ ਤੇ ਤੁਸੀਂ ਕਿੱਥੋਂ ਸਾਰਾ ਐਗਜ਼ੈਕਟ ਬਣਿਆ ਹੋਇਆ ਹੈ ਸੋ ਗਾਇਸ ਤੁਸੀਂ ਦੇਖ ਲਓ ਸ਼ਾਪਸ ਅੱਜ ਬੰਦ ਨੇ ਸਾਰੇ ਜਿਹੜੇ ਬਣੇ ਹੋਏ ਕੈਬਿਨਸ 'ਚ ਆਈ ਥਿੰਕ ਜਾਂ ਤਾਂ 5 ਵਜੇ ਬੰਦ ਹੋ ਗਏ ਬਿਕੋਜ਼ ਮੰਡੇ ਟੂ ਫਰਾਈਡੇ ਮੰਡੇ ਟੂ ਵੈਨਸਡੇ ਇੱਥੇ ਸਾਰਾ ਕੁਛ 5 ਵਜੇ ਬੰਦ ਹੋ ਜਾਂਦਾ ਅਤੇ ਥਰਸਡੇ ਫਰਾਈਡੇ ਸੈਟਰਡੇ ਸੰਡੇ ਉਦੋਂ ਰਾਤ ਤੱਕ ਚੱਲਦਾ ਹੁੰਦਾ ਸਾਡੇ ਸੰਡੇ ਵੀ ਕਈ ਵਾਰ ਜਲਦੀ ਹੋ ਜਾਂਦਾ ਮਰਜ਼ੀ ਬਟ ਮੈਨੂੰ ਲੱਗਦਾ ਵੀਕਐਂਡ ਤੇ ਜ਼ਿਆਦਾ ਵਧੀਆ ਹੁੰਦਾ ਨਾ ਯਾ
ਬਟ ਅੱਜ ਜ਼ਿਆਦਾ ਰੌਣਕ ਹੈ ਨਹੀਂ ਉਰੇ ਬਟ ਸੋਨੂੰ ਅਸੀਂ ਅੱਗੇ ਲੈ ਕੇ ਜਾਂਦੇ ਹਾਂ ਉੱਥੇ ਵੀ ਬਹੁਤ ਰੌਣਕ ਹੁੰਦੀ ਹੈ ਮੇਰੀ ਵਾਰੀ ਵੀ ਇਹੀ ਬੋਲੀ ਜਾਂਦੀ ਹੈ ਬੋਲੀ ਜਾਂਦੀ ਹੈ ਨਾ ਇੱਥੇ ਕੋਲ ਚਲਾ ਕੇ ਉਹਦੇ ਵਿੱਚ ਇੰਡੀਅਨ ਹੀ ਹੁੰਦਾ ਅੱਗ ਸੁੱਕਦੀ ਜਦੋਂ ਲੋੜੀ ਹੁੰਦੀ ਉਹ ਚੀਜ਼ ਆਉਂਦੀ ਯੋ ਯੋ ਤੇ ਗਾਇਸ ਬਹੁਤ ਸੋਹਣੀ ਲੋਕੇਸ਼ਨ ਆ ਜ਼ਰੂਰ ਜਿਹੜੇ ਵੀ ਮੌਂਟਰੀਅਲ ਜਿਨ੍ਹਾਂ ਨੂੰ ਨਹੀਂ ਪਤਾ ਜ਼ਰੂਰ ਆ ਕੇ ਵਿਜ਼ਿਟ ਕਰੋ ਤੇ ਵੀਕਐਂਡ ਤੇ ਜ਼ਰੂਰ ਆਇਓ ਬਾਰੇ ਇੱਥੇ ਯਾ ਬਟ ਪੂਰੇ ਕਵਰ ਹੋ ਕੇ ਆਇਓ ਤੁਹਾਨੂੰ ਠੰਡ ਬਹੁਤ ਲੱਗੂਗੀ ਦੇਖੋ ਮੇਰੇ ਵੀ ਗਲਵਸ ਪਾਏ ਹੋਏ ਆ ਬਟ ਮੈਂ ਆ ਫਿੰਗਰਸ ਤਾਂ ਛੱਡੀ ਹੋਏ ਬਿਕੋਜ਼ ਮੈਂ ਵਲੌਗ ਬਣਾਉਣਾ ਮੇਰੇ ਤੋਂ ਮੈਂ ਨਾ ਕਿਹਾ ਆ ਪ੍ਰੈਸ ਕਰ ਦੋ ਮੈਂ ਤਾਂ ਚੱਲ ਨਹੀਂ ਰਿਹਾ ਫਿਰ ਇਹਨੂੰ ਵਲੌਗ ਬਣਾਇਆ ਆ ਦੇਖੋ ਬਹੁਤ ਸੋਹਣਾ ਵਿਊ ਆ ਇੱਥੋਂ ਜਦੋਂ ਆਪਾਂ ਵੈਸੇ ਐਂਟਰੀ ਉਧਰ ਦੀ ਸੀਗੀ ਆਪਾਂ ਗਲਤ ਐਂਟਰੀ ਲੈ ਕੇ ਆਏ ਨਾ ਰੀਤ ਹਨਾ ਐਂਟਰੀ ਉਧਰ ਦੀ ਸੀ ਐਂਟਰੀ ਹਨਾ ਬਟ ਸੋਹਣਾ ਲੱਗਦਾ ਪਿਆ ਪਰ ਸਿਰਫ ਆਪਾਂ ਦੇਖਦੇ ਪਏ ਯਾ ਇਹ ਸਿਰਫ ਰੀਤ ਲਈ ਖੁਲਵਾਇਆ ਪਾਪਾ ਸਿਰਫ ਰੀਤ ਦੇ ਕੇ ਆਇਆ ਸਹੀ ਯਾਰ ਗਾਇਸ ਜਿਵੇਂ ਤੇ ਬੈਂਚਸ ਲੱਗੇ ਨਾ ਜਿੰਨੇ ਬੈਂਚਸ ਦੇ ਦੂ ਤਾਂ 4-5 ਗੁਣਾ ਜ਼ਿਆਦਾ ਲੋਕ ਹੁੰਦੇ ਇੱਥੇ ਬੈਟਰ ਜਗ੍ਹਾ ਕਿੱਥੇ ਮਿਲਣੀ ਹੈ ਯਾ ਬਾਕੀ ਇੱਕ ਵਾਰੀ ਤੁਹਾਨੂੰ ਵੀਕਐਂਡ ਤੇ ਵੀ ਦਿਖਾਵਾਂਗੇ ਉਹਦੇ ਵਿੱਚ ਪਰ ਅਸੀਂ ਰੀਲਾਂ ਵਗੈਰਾ ਤੇ ਇੱਕ ਛੋਟਾ ਜਿਹਾ ਵਲੌਗ ਪਾਵਾਂਗੇ ਮਿਨੀ ਵਲੌਗ ਸਾਡੀ ਰੀਲਸ ਚੈੱਕ ਕਰ ਲਿਓ ਉਦੋਂ ਯਾ ਤੁਸੀਂ ਅੰਦਰ ਦੇਖ ਸਕਦੇ ਹੋ ਉਹ ਦੇਖੋ ਅੰਦਰ ਲਾਈਟਾਂ ਥੋੜੀਆਂ ਲਾਈਟਾਂ ਸ਼ੋਅ ਹੁੰਦੀਆਂ ਪਈਆਂ ਹੈ ਨਾ ਸੋ ਇਸ ਆਹ ਸੀਗੀ ਦੀ ਐਂਟਰੀ ਇੱਥੋਂ ਐਂਟਰੀ ਹੁੰਦੀ ਸੀ ਤੇ ਬਟ ਆਪਾਂ ਉੱਧਰ ਦੀ ਐਂਟਰੀ ਕੀਤੀ ਆਹ ਜ਼ਿਆਦਾ ਆਹ ਐਂਟਰੀ ਜ਼ਿਆਦਾ ਸੋਹਣੀ ਹੈ ਨਾ ਉੱਧਰ ਦੀ ਤਾਂ ਆਪਾਂ ਐਵੇਂ ਆ ਗਏ ਇੱਧਰ ਦੀ ਜਾਣਾ ਸੀ ਸੋਹਣਾ ਸੀ ਹੁਣ ਆਪਣੀ ਗੱਡੀ ਉੱਧਰ ਲੱਗੀ ਸੀ ਤਾਂ ਕਰਕੇ ਇੱਧਰ ਵੀ ਦਿਖਾ ਦਿਓ ਇੱਧਰ ਵੀ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣਾ ਬਣਾਇਆ ਲਾਸਟ ਟਾਈਮ ਨਾ ਇੱਥੇ ਸਨੋ ਦੇ ਵਿੱਚ ਸੀਸੋ ਲੱਗੀਆਂ ਹੋਈਆਂ ਸੀਗੀਆਂ ਮੈਂ ਸਟੋਰੀ ਵੀ ਪਾਈ ਸੀ ਮੈਂ ਸੀਸੋ ਲਈ ਸੀ ਸੋ ਆਹ ਸਾਰਾ ਵਿਊ ਸੀਗਾ ਤੁਹਾਨੂੰ ਜਿਹੜਾ ਅੰਦਰ ਸਾਰਾ ਦਿਖਾ ਕੇ ਆਏ ਸਾਰਾ ਆਪਾਂ ਦਿਖਾ ਚੁੱਕਿਆ ਹੁਣ ਆਪਾਂ ਕਿੱਥੇ ਚੱਲੇ ਆ ਹੁਣ ਆਪਾਂ ਉਹ ਦੇਖੋ ਉੱਧਰ ਵੀ ਬਹੁਤ ਸੋਹਣਾ ਵਿਊ ਹੈਗਾ ਆਪਾਂ ਹੁਣ ਉੱਧਰ ਲੈ ਕੇ ਚੱਲਦੇ ਆ ਜੀ ਮਾ ਦੇਖਦੇ ਉੱਧਰ ਕੀ ਬਣਿਆ ਹੋਇਆ ਵਾ ਚਲੋ ਜਾਂਦੀ ਰੀਤ ਭੱਜ ਕੇ ਜਾਈ ਠੀਕ ਆ ਸਾਰੇ ਸਿੜ ਤੇ ਜਾਈ ਨਹੀਂ ਨਹੀਂ ਸੱਚੀ ਦੀ ਆਇਸ ਤਾਂ ਨਹੀਂ ਹੋਣੀ ਚੱਲ 1-2-3 ਗੋ ਇੱਧਰ ਦੇਖ ਕੋਈ ਆਵਾਜ਼ ਵੀ ਆਉਂਦੀ ਪਈ ਨਾ ਸਪੀਕਰ ਦੇ ਕੋਲੇ ਕਰ ਦਿੰਦਾ ਓਕੇ ਪਾਣੀ ਦੀ ਆਵਾਜ਼ ਆਉਂਦੀ ਕਿ ਆਪਾਂ ਕੇਵ ਚੋਂ ਨਿਕਲਦੇ ਪਏ ਆ ਇੱਕ ਬਰਫ ਵਾਲੀ ਇਸ ਵਾਈ ਬਸ ਅਚੀ ਇੰਨਾ ਮਿਲਾ ਇਹ ਤੇ ਕ੍ਰਿਸਮਸ ਬਹੁਤ ਵਧੀਆ ਮਨਾਉਂਦੇ ਆ ਇੱਥੇ ਇਸ ਉੱਥੇ ਸਾਰੇ ਚ ਮਿਊਜ਼ਿਕ ਦੇ ਅਕੋਰਡਿੰਗ ਅਕੋਰਡਿੰਗ ਕਲਰ ਸਾਰੇ ਆ ਯਾ ਰੀ ਦਾ ਕਮਾ ਇੱਚੋ ਵੀ ਆਵਾਜ਼ ਆਉਂਦੀ ਤੈਨੂੰ ਪਤਾ ਪਿਛਲੀ ਵਾਰੀ ਆਇਆ ਸੀ ਨਾ ਮੰਨਿਆ ਇੱਥੇ ਕੁੜੀ ਖੜੀ ਹੈ ਨਾ ਹਾਂ ਹਾਂ ਚੱਲ ਇਹਦੇ ਵਿੱਚੋਂ ਵੀ ਨਾ ਸਾਊਂਡ ਦੀ ਉਹ ਇਹਦੇ ਵਿੱਚੋਂ ਵੀ ਮਿਊਜ਼ਿਕ ਆਉਂਦਾ ਵਾ ਜਿੰਗਲ ਬੈਲ ਆਉਂਦਾ ਹੁਣ ਜਿਵੇਂ ਸੈਂਟਾ ਕਲੌਜ਼ ਆਉਂਦਾ ਦਾ ਸੋ ਗਾਇਸ ਇਹ ਹੈਗੇ ਪ੍ਰਿਸਮਾ ਫੋਨਿਕ ਮੈਥੋਂ ਨਾਮ ਪੜਿਆ ਹੁਣ ਜੇ ਮੈਂ ਗਲਤ ਪੜਿਆ ਹੋਇਆ ਤਾਂ ਪਤਾ ਨਹੀਂ ਬੜਾ ਆਰਾਮ ਆਉਂਦਾ ਨਾ ਚਲੋ ਜਿੱਥੋਂ ਸਾਰਾ ਆਹ ਵਿਊ ਹੈ ਮੌਂਟਰੀਅਲ ਦਾ ਉੱਤੋਂ ਜਦੋਂ ਇੱਥੇ ਖੜ ਕੇ ਤਾਂ ਦੇਖਦੇ ਨਾ ਤਰ੍ਹਾਂ ਦਾ ਉਹ ਬਿਲਡਿੰਗ ਉੱਤੇ ਡਿੱਗਦੀ ਪਈ ਆ ਵਾਲੀ ਸਾਰੇ ਕਲਰਸ ਲਾਈਕ ਜਿਵੇਂ ਦਾ ਵੀ ਫੈਸਟੀਵਲ ਹੁੰਦਾ ਉਵੇਂ ਦਾ ਸਾਰੇ ਉਵੇਂ ਦਾ ਉਵੇਂ ਪ੍ਰਿਪੇਅਰ ਕਰ ਦੇਣਾ ਉਹ ਚੀਜ਼ ਲਾਈਕ ਇੱਥੇ ਜਦੋਂ ਆਪਾਂ ਵੀਕਐਂਡ ਤੇ ਵੀ ਆਵਾਂਗੇ ਨਾ ਅਗਲੇ ਤੁਹਾਨੂੰ ਵੀਕਐਂਡ ਤੇ ਵੀ ਦਿਖਾਵਾਂਗੇ ਵੀਕਐਂਡ ਤੇ ਤਾਂ ਬਹੁਤ ਕੁਝ ਇੱਦਾਂ ਦਾ ਹੁੰਦਾ ਕਿ ਜਿਵੇਂ ਲਾਈਕ ਕ੍ਰਿਸਮਸ ਆਉਂਦਾ ਪੈਣਾ ਕ੍ਰਿਸਮਸ ਤੇ ਇੱਥੇ ਬਹੁਤ ਸਾਰੀ ਇੱਦਾਂ ਦੀ ਐਕਟੀਵਿਟੀਜ਼ ਹੋਣਗੀਆਂ ਜਿਹੜੀਆਂ ਆਪਾਂ ਤੁਹਾਨੂੰ ਸੋ ਗਾਇਸ ਇੱਕ ਗੱਲ ਕਹਿੰਦੀ ਮੈਂ ਇੰਨਾ ਸਾਹਮਣੇ ਕਲਾਸ 'ਚ ਨਹੀਂ ਕਦੇ ਕੁਛ ਸੁਣਾਇਆ ਹੋਣਾ ਜਿੰਨਾ ਵਲੌਗਸ 'ਚ ਸੁਣਾ ਦਿੰਦੇ ਗਾਇਸ ਦਾ ਮੌਲ ਹੈ ਇੱਥੇ ਇੱਦਾਂ ਹੀ ਓਪਨ 'ਚ ਇੱਧਰ ਕਾਰਸ ਨਹੀਂ ਆ ਸਕਦੀ ਇੱਥੇ ਸਿਰਫ ਵਾਕਿੰਗ ਲਈ ਹੈ ਸਾਨੂੰ ਠੰਡ ਲੱਗਣ ਲੱਗ ਗਈ ਬਹੁਤ ਜ਼ਿਆਦਾ ਹੁਣ ਆਪਾਂ ਥੋੜੀ ਜਿਹੀ ਅੰਦਰ ਚੱਲਾਂਗੇ ਯੈਸ ਬਹੁਤ ਜ਼ਿਆਦਾ ਹੋ ਗਈ ਅੰਦਰ ਹੀਟਿੰਗ ਹੁੰਦੀ ਹੈ ਤੇ ਫਿਰ ਅੰਦਰ ਜੇ ਜ਼ਿਆਦਾ ਮੋਟੀਆਂ ਜੈਕਟਸ ਪਾਈਆਂ ਹੁੰਦੀਆਂ ਫਿਰ ਉਹ ਤੁਹਾਨੂੰ ਲਾਉਣੀਆਂ ਪੈਂਦੀਆਂ ਗਰਮੀ ਵੀ ਜ਼ਿਆਦਾ ਬਹੁਤ ਜ਼ਿਆਦਾ ਗਰਮ ਸਰਦ ਹੋਣ ਦਾ ਡਰ ਹੈ ਵੈਸੇ ਗਾਇਸ ਇੱਥੇ ਨਾ ਇੱਕ ਸ਼ੋਅ ਹੁੰਦਾ ਹੁੰਦਾ ਵਾ ਪਿਛਲੀ ਵਾਰੀ ਤੁਸੀਂ ਸੈਟਸ ਆਲੀਆਂ ਸਨੈਪਚੈਟ ਦੇ ਵਿੱਚ ਦੇਖਿਆ ਹੋਣਗੀਆਂ ਤੇ ਬਹੁਤ ਸੋਹਣਾ ਸ਼ੋਅ ਹੁੰਦਾ ਮੈਂ ਤੁਹਾਨੂੰ ਦਿਖਾਉਣਾ ਸਾਰਾ ਵੇਟ ਅ ਸੈਕਿੰਡ
ਦੁਬਾਰਾ ਸ਼ੁਰੂ ਕਰ ਲਾਂਗੇ ਨਹੀਂ ਬਸ ਹੈਗਾ ਵੀਊ ਸ਼ੋ ਤੋਂ ਬਾਅਦ ਦਾ ਵੀਊ ਹੈ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸੋ ਸੋ ਆਪਾਂ ਹੁਣ ਰੀਤ ਦੀ ਫੇਵਰੇਟ ਡਰਿੰਕ ਪੀਣ ਚੱਲੇ ਆ ਐਕਚੁਅਲੀ ਉਹ ਸੈਮੀ ਦੀ ਫੇਵਰੇਟ ਡਰਿੰਕ ਆ ਹਾਂ ਪਰ ਇਹ ਪੀਓਗੇ ਅੱਜ ਮੈਂ ਨਹੀਂ ਪੀਣਾ ਬਿਕੋਜ਼ ਬਾਹਰ ਠੰਡ ਬਹੁਤ ਹੈ ਦੱਸਦੀ ਆ ਲਾਈਕ ਜਿਹੜਾ ਲਾਸਟ ਸਾਲ ਜਦੋਂ ਤੁਸੀਂ ਆਗੇ ਜਿਹੜਾ ਇੱਥੇ ਮਾਲ ਹੈ ਇੱਥੇ उपरली फ्लोर तो थल्ली फ्लोर ते आना पैना एंड देन आहवा केड़ी केड़ी ओ ड्रिंक केड़ी है हैं ब्लू कलर दी ड्रिंक है ओ भैया जेड़ी ब्लू कलर दे उत्ते व्हिप क्रीम ना मैं हुण ग्लव्स पाला पहला फिर ठंड लगनी है बाद जिसे ठंडी ड्रिंक ले ली मैं सो आ जाओ इतने काफ़ी ट्रेन हैगी रीत दे बैठन लगी चल रीत बैठ जाके बैठ जा बैठ रहा यार अभी बैठ गया ओपन च बैठ जी तू बाय इतों का लास्ट व्यू की लिखा ला पीती ट्रेन बाहर जाके घरे जाके बहुत गेड़िया मार रहे चलो लेट्स गो बर्गर खा लिया जूस पी लिया ਹੁਣ ਰੋਟੀ ਨਹੀਂ ਖਾਣੀ ਘਰੇ ਜਾ ਕੇ ਚਲੋ ਸੋ ਗਾਈਸ ਥੈਂਕ ਯੂ ਸੋ ਮਚ ਸਾਰਾ ਵਲੋਗ ਦੇਖਣ ਲਈ ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਅਵਰ ਚੈਨਲ ਮਿਸਟਰ ਮਿਸਿਸ ਨਰੂਲਾ ਅਤੇ ਅੱਗੇ ਬਹੁਤ ਸਾਰੇ ਕ੍ਰਿਸਮਸ ਫੈਸਟੀਵਲ ਆਉਂਦੇ ਪਏ ਆ ਬਹੁਤ ਸਾਰੀ ਐਕਟੀਵਿਟੀਜ਼ ਆ ਆਪਾਂ ਘੁੰਮਣ ਵੀ ਜਾਣਾ ਸੋ ਜਿਨ੍ਹਾਂ ਜਿਨ੍ਹਾਂ ਨੇ ਉਹ ਵੀ ਚੀਜ਼ਾਂ ਦੇਖਣੀਆਂ ਵਾ ਮਿਸ ਨਾ ਕਰਦੇ ਹੋਏ ਸਨੋ ਟਾਈਮ ਦੇ ਵਿੱਚ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਆਹ ਕਮੈਂਟ ਨੂੰ ਕਮੈਂਟ ਕੇ ਆਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ ਸੋ ਮਚ ਬਾਏ